ਇੱਕ ਅਜਿਹਾ ਪਿੰਡ ਜਿੱਥੇ ਪ੍ਰਵਾਸੀ ਠਹਿਰ ਨਹੀਂ ਸਕਦੇ, ਖੇਤਾਂ 'ਚ ਕੰਮ ਕਰ ਸਕਦੇ ਨੇ, ਮਿੱਟੀ ਨਾਲ ਮਿੱਟੀ ਹੋ ਸਕਦੇ ਨੇ, ਪਰ ਰਹਿਣ ਲਈ ਕਿਤੇ ਹੋਰ ਜਾਣਾ ਪਵੇਗਾ। ਪਿੰਡ ਵਾਸੀਆਂ ਨੇ ਪ੍ਰਵਾਸੀਆਂ ਲਈ ਇਹ ਵੱਖਰਾ ਮਤਾ ਪਾਸ ਕੀਤਾ ਹੈ। ਤਸਵੀਰਾਂ ਕੁਰਾਲੀ ਦੇ ਇੱਕ ਪਿੰਡ ਦੀਆਂ ਨੇ ਜਿੱਥੇ ਪਿੰਡ ਵਾਸੀਆਂ ਵੱਲੋਂ ਪ੍ਰਵਾਸੀਆਂ ਲਈ ਐਸਾ ਮਤਾ ਪਾਸ ਕੀਤਾ ਗਿਆ ਹੈ ਜਿਸ ਤਹਿਤ ਪ੍ਰਵਾਸੀ ਇੱਥੇ ਕੰਮ ਤਾਂ ਕਰ ਸਕਦੇ ਨੇ, ਖੇਤਾਂ ਤੱਕ ਜਾ ਸਕਦੇ ਨੇ, ਪਰ ਪਿੰਡ ਦੇ ਵਿੱਚ ਰਹਿ ਨਹੀਂ ਸਕਦੇ। ਪਿੰਡ ਵਾਸੀ ਆਪਣੇ ਇਸ ਫੈਸਲੇ ਤੇ ਅਟਲ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਮਤਾ ਬਿਲਕੁਲ ਸਹੀ ਹੈ। ਹਾਲਾਂਕਿ ਇਸ ਗੱਲ ਨੂੰ ਲੈ ਕੇ ਪ੍ਰਵਾਸੀ ਜ਼ਰੂਰ ਇਤਰਾਜ਼ ਜਤਾ ਰਹੇ ਨੇ, ਨਾਰਾਜ਼ਗੀ ਜ਼ਾਹਰ ਕਰ ਰਹੇ ਨੇ ਕਿ ਜਿਸ ਪਿੰਡ ਦੇ ਵਿੱਚ ਉਹ ਖੇਤਾਂ 'ਚ ਜਾ ਸਕਦੇ ਨੇ, ਕੰਮ ਕਰ ਸਕਦੇ ਨੇ, ਮਿੱਟੀ ਨਾਲ ਮਿੱਟੀ ਹੋ ਸਕਦੇ ਨੇ, ਪਰ ਉੱਥੇ ਠਹਿਰ ਨਹੀਂ ਸਕਦੇ ਤੇ ਰੁਕਣ ਲਈ ਉਹਨਾਂ ਨੂੰ ਕਿਸੇ ਹੋਰ ਥਾਂ ਜਾਣਾ ਪਵੇ, ਇਹ ਉਹਨਾਂ ਨੂੰ ਕਿਤੇ ਨਾ ਕਿਤੇ ਮਨਜ਼ੂਰ ਨਹੀਂ ਹੈ, ਜਿਸ ਲਈ ਉਹਨਾਂ ਨੇ ਇਸ ਤੇ ਇਤਰਾਜ਼ ਵੀ ਜਤਾਇਆ ਹੈ। ਪਰ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹ ਆਪਣੇ ਇਸ ਫੈਸਲੇ ਤੇ ਅਟਲ ਨੇ ਤੇ ਉਸ ਨੂੰ ਨਹੀਂ ਬਦਲਣਗੇ। ਤੇ ਉਹ ਪਿੰਡ ਵਾਸੀਆਂ ਦੇ ਮੂੰਹੋਂ ਹੀ ਸੁਣ ਲੈਂਦੇ ਆ ਕਿ ਆਖਿਰ ਇਹ ਮਤਾ ਪਾਸ ਕਰਨ ਦਾ ਅਸਲ ਕਾਰਨ ਕੀ ਹੈ ਤੇ ਕਿਉਂ ਪ੍ਰਵਾਸੀ ਇਸ ਪਿੰਡ ਦੇ ਵਿੱਚ ਨਹੀਂ ਠਹਿਰ ਸਕਦੇ। ਅਸੀਂ ਆਪਣੇ ਨਗਰ ਨੂੰ ਪਵਿੱਤਰ ਨਗਰ ਮੰਨਦੇ ਆ ਭਾਈ ਸਾਹਿਬ ਕਰਕੇ, ਹਰੇਕ ਸਾਲ ਉਹਨਾਂ ਦਾ ਸਾਲਾਨਾ ਜਿਹੜਾ ਸ਼ਹੀਦੀ ਦਿਹਾੜਾ ਇੱਥੇ ਮਨਾਇਆ ਜਾਂਦਾ ਹੈ। ਅਗਲੀ ਗੱਲ ਜਿਹੜੀ ਤੁਸੀਂ ਕਰੀ ਹੈ ਵੀ ਨਫ਼ਰਤ ਫੈਲਾਉਣ ਵਾਲੀ, ਇੱਥੇ ਮੁਸਲਮਾਨ ਵੀਰ ਵੀ ਸਾਡੇ ਪਿੰਡ ਦੇ ਵਿੱਚ ਰਹਿੰਦੇ ਹੈ, ਆਪਣਾ ਹਿੰਦੂ ਵੀਰ ਵੀ ਰਹਿੰਦੇ ਹੈ, ਕਿੰਨੀਆਂ ਤਰ੍ਹਾਂ ਦੇ ਇੱਥੇ ਧਰਮਾਂ ਦੇ ਬੰਦੇ ਰਹਿੰਦੇ ਹੈ, ਸਾਰੇ ਅਸੀਂ ਮਿਲ ਜੁਲ ਕੇ ਰਹਿੰਦੇ ਹਾਂ ਹਮੇਸ਼ਾ ਹੀ। ਤੁਸੀਂ ਆਪ ਹੀ ਗੱਲ ਕੀਤੀ, ਮੈਂ ਉਹੀ ਗੱਲ ਕਰਨ ਵਾਲਾ ਸੀ। ਤੁਹਾਡੇ ਪਿੰਡ 'ਚ ਮੈਂ ਦੇਖਿਆ ਮੰਦਿਰ ਵੀ ਹੈ, ਗੁਰਦੁਆਰਾ ਸਾਹਿਬ ਦੇ ਸਾਹਮਣੇ ਦਰਸ਼ਨ ਹੋ ਰਹੇ ਆ, ਪਿੰਡ 'ਚ ਮਸੀਤ ਵੀ ਹੈ, ਹਾਲਾਂਕਿ ਗਿਣੇ ਚੁਣੇ ਘਰ ਨੇ ਮੁਸਲਮਾਨ ਪਰਿਵਾਰਾਂ ਦੇ, ਤੇ ਵੱਖ ਵੱਖ ਧਰਮਾਂ ਦੇ ਲੋਕ ਰਹਿ ਰਹੇ ਆ। ਫਿਰ ਇਹ ਸਵਾਲ ਕਿਉਂ ਖੜਾ ਹੋਇਆ ਕਿ ਵੀ ਜਿਹੜੇ ਪ੍ਰਵਾਸੀ ਨੇ ਉਹ ਇਸ ਪਿੰਡ ਦਾ ਹਿੱਸਾ ਨਹੀਂ ਹੋ ਸਕਦੇ? ਹਾਂਜੀ, ਪ੍ਰਵਾਸੀ ਦੇਖੋ ਸਾਡੇ, ਇਹ ਤਾਂ ਆਜ਼ਾਦੀ ਤੋਂ ਬਾਅਦ ਜੇ ਆਪਾਂ ਗੱਲਾਂ ਕਰ ਲਈਏ, ਪ੍ਰਵਾਸੀ ਕਿੰਨੇ ਹੀ ਸਾਲਾਂ ਤੋਂ, 40-40 ਸਾਲਾਂ ਤੋਂ ਸਾਡੀਆਂ ਮੋਟਰਾਂ ਤੇ ਰਹਿੰਦੇ ਆ, ਕਦੇ ਉਹਨਾਂ ਨਾਲ ਸਾਡੀ ਕੋਈ ਲੜਾਈ ਝਗੜਾ ਜਾਂ ਕਦੇ ਕੋਈ ਦਿੱਕਤ ਨਹੀਂ, ਆਪਾਂ ਉਹਨਾਂ ਤੋਂ ਕੰਮ ਲੈਂਦੇ, ਸਾਡੇ ਖੇਤਾਂ 'ਚ ਕੰਮ ਕਰਦੇ ਹਾਂ ਅਕਸਰ। ਇਹ ਮੁੱਦਾ ਇਸ ਤਰ੍ਹਾਂ ਬਣਿਆ ਜੀ, ਇਹ ਸਾਡੇ ਇਹਨਾਂ ਨੇ ਮੋਟਰਾਂ ਛੱਡ ਕੇ ਸਾਡੇ ਪਿੰਡ ਵੱਲ ਰੁੱਖ ਕਰ ਲਿਆ, ਜਿਹੜੇ ਸਾਡੇ ਖਾਲੀ ਮਕਾਨ ਪਏ ਆ, ਕੋਈ ਸ਼ਹਿਰ ਚਲੇ ਗਿਆ ਸਾਡਾ ਪਿੰਡੋਂ ਛੱਡ ਗਏ, ਉੱਥੇ ਇਹ ਕਿਰਾਏ ਤੇ ਰਹਿਣ ਲਈ ਆ ਗਏ, ਸਕੂਲਾਂ ਦੇ ਵਿੱਚ ਪੜ੍ਹਨ ਲੱਗੇ। ਚਲੋ ਬੱਚੇ ਪੜ੍ਹਦੇ ਆ, ਉਹ ਤਾਂ ਸਾਨੂੰ ਕੋਈ ਇਤਰਾਜ਼ ਨਹੀਂ, ਪਰ ਜਦੋਂ ਇਹ ਇੱਥੇ ਗੰਦਗੀ ਫੈਲਾਉਣ ਲੱਗੇ ਆ, ਲੜਾਈ ਝਗੜੇ ਕਰਨ ਲੱਗੇ, ਅਕਸਰ ਸਾਡੇ ਧਾਰਮਿਕ ਸਥਾਨਾਂ ਤੇ ਚੋਰੀਆਂ ਹੋਣ ਲੱਗੀਆਂ। 1.5-2 ਮਹੀਨੇ ਪਹਿਲਾਂ ਸਾਡਾ ਗੁਰਦੁਆਰਾ ਸਾਹਿਬ ਦੇ ਵਿੱਚ ਚੋਰੀ ਹੋਈ ਹੈ, ਪ੍ਰਸ਼ਾਸਨ ਕੋਲ ਅਸੀਂ ਕੰਪਲੇਂਟ ਕਰੀ ਹੈ, ਕੋਈ ਕਾਰਵਾਈ ਨਹੀਂ ਹੋਈ, ਕੋਈ ਬੰਦਾ ਟਰੇਸ ਨਹੀਂ ਹੋ ਸਕਿਆ। ਉਸ ਤੋਂ ਬਾਅਦ ਇੱਕ 15 ਦਿਨਾਂ ਪਹਿਲਾਂ ਦੀ ਗੱਲ ਹੈ, ਕੋਈ ਪ੍ਰਵਾਸੀ ਮਜ਼ਦੂਰ ਆਪਣੀ ਔਰਤ ਦੇ ਤੇਜ਼ ਧਾਰ ਹਥਿਆਰ ਦੇ ਨਾਲ ਹਮਲਾ ਕਰਕੇ ਗਿਆ, ਉਹਦੀ ਵੀ ਬਕਾਇਦਾ ਕਾਨੂੰਨ ਪੁਲਿਸ ਪ੍ਰਸ਼ਾਸਨ ਕੋਲ ਕੰਪਲੇਂਟ ਹੈ, ਉਹਦੇ ਤੇ ਕੋਈ ਕਾਰਵਾਈ ਨਹੀਂ ਹੋਈ। ਉਲਟਾ ਇਹ ਕਿ ਜਦੋਂ ਸਾਡਾ ਇੱਕ ਵੀਰ, ਨੌਜਵਾਨ ਵੀਰ ਉੱਥੇ ਛਡਾਉਣ ਗਿਆ ਉਸ ਔਰਤ ਨੂੰ, ਤਾਂ ਉਹਨੇ ਉਹਦੇ ਤੇ ਵੀ ਹਮਲਾ ਬੋਲ ਦਿੱਤਾ। ਤੇ ਹੁਣੇ ਪਿਛਲੇ ਹਫ਼ਤੇ ਇੱਥੇ ਸਾਡੇ ਕੋਲ ਬਕਾਇਦਾ ਵੀਡੀਓ ਹੈ, ਵਿੱਚ ਸਰਪੰਚ ਸਾਹਿਬ ਵੀ ਨਾਲ ਸੀਗੇ, ਹੋਰ ਪਿੰਡ ਦੇ ਮੋਹਤਵਾਰ ਵੀ ਨਾਲ ਸੀਗੇ, ਇੱਥੇ ਮੁਸਲਮਾਨ ਵੀਰਾਂ ਦੇ ਅਸਥਾਨ ਤੇ, ਧਾਰਮਿਕ ਅਸਥਾਨ ਤੇ ਉਹਨਾਂ ਨੇ ਚੋਰੀ ਕਰੀ ਹੈ, ਤੇ ਉੱਥੇ ਮੰਨਿਆ ਵੀ ਹੈ ਕਿ ਅਸੀਂ ਪਹਿਲਾਂ ਵੀ, ਇਸ ਤੋਂ ਪਹਿਲਾਂ ਵੀ ਕਿੰਨੀਆਂ ਚੋਰੀਆਂ ਕਰ ਚੁੱਕੇ ਹਾਂ। ਪਿੰਡਾਂ 'ਚੋਂ ਅਕਸਰ ਸਾਡੇ ਜਿਹੜੇ ਨੱਕੇ ਲੱਗੇ ਹੋਏ ਹੁੰਦੇ ਪਾਣੀ ਵਾਲੇ, ਤੁਸੀਂ ਦੇਖਿਆ ਢੱਕਣ ਹੁੰਦੇ ਹੈ, ਉਹ ਚੋਰੀ ਕਰ ਲੈਂਦੇ ਹੈ, ਤੇ ਅਸੀਂ ਇਹਨਾਂ ਨੂੰ ਵੇਚਦੇ ਵੀ ਦੇਖਿਆ ਜੀ ਕਬਾੜ ਦੇ ਵਿੱਚ, ਉਹ ਢੱਕਣਾਂ ਨੂੰ ਅਕਸਰ ਦੇ ਵਿੱਚ ਕਿੰਨਾ ਹੀ ਸਮਾਨ ਸਾਡਾ ਚੋਰੀ ਹੋ ਜਾਂਦਾ ਹੈ। ਪਹਿਲਾਂ ਪਿਆਰ ਨਾਲ ਸਮਝਾਉਣ ਦੀ ਵੀ ਕੋਸ਼ਿਸ਼ ਕਰੀ, ਪੁਲਿਸ ਪ੍ਰਸ਼ਾਸਨ ਕੋਲ ਵੀ ਅਸੀਂ ਗਏ, ਜਦੋਂ ਹੱਥ ਖੜੇ ਹੋ ਗਏ ਤਾਂ ਸਾਨੂੰ ਸਾਰੇ ਪਿੰਡ ਨੂੰ ਰਲ ਕੇ ਇਹ ਡਿਸੀਜਨ ਲੈਣਾ ਪਿਆ, ਇਹ ਮਤਾ ਪਾਸ ਕਰਨਾ ਪਿਆ। ਇਹ ਮਤੇ ਦੇ ਵਿੱਚ ਮੈਂ ਤੁਹਾਨੂੰ ਦੱਸ ਦਵਾਂ, ਇਹ ਮਤੇ ਦੇ ਵਿੱਚ ਅਸੀਂ ਲਿਖਿਆ ਹੈ ਕਿ ਇਹਨਾਂ ਨੂੰ ਕਿਰਾਏ ਤੇ ਇਹ ਜਗ੍ਹਾ ਇੱਥੇ ਨਹੀਂ, ਮਤਲਬ ਅਸੀਂ ਦੇਣੀ ਇਹਨਾਂ ਨੂੰ, ਤੇ ਨਾ ਹੀ ਅਸੀਂ ਮੁੱਲ ਦੇਣੀ ਹੈ, ਇਹ ਸਾਡੇ ਪਿੰਡ ਦਾ ਸਮਝੌਤਾ ਹੈ। ਤੇ ਅਗਲੀ ਗੱਲ ਹੈ ਵੀ ਜਿਹੜਾ ਇਹਨਾਂ ਦਾ ਆਧਾਰ ਕਾਰਡ ਜਾਂ ਵੋਟਰ ਕਾਰਡ ਇੱਥੇ ਨਹੀਂ ਬਣਾਇਆ ਜਾਵੇਗਾ। ਅੱਛਾ, ਪੂਰਾ ਮਸਲਾ ਤੁਸੀਂ ਸਾਫ ਕਰ ਦਿੱਤਾ, ਤੇ ਇੱਕ ਜ਼ਿਕਰ ਕੇ ਤੁਹਾਡੇ ਪਿੰਡ ਦੇ ਆ ਵੀ ਨਹੀਂ ਸਕਦੇ ਜਾਂ ਪਿੰਡ ਦੇ ਜਾਂ ਖੇਤਾਂ ਦੇ ਵਿੱਚ ਜ਼ਮੀਨਾਂ 'ਚ ਕੰਮ ਕਰ ਸਕਦੇ ਆ, ਮੋਟਰਾਂ ਤੇ ਰਹਿਣ ਦੀ ਇਜਾਜ਼ਤ ਹੈ?
ਇਹ ਦੇਖੋ ਮੋਟਰਾਂ ਤੇ ਹੁਣ ਵੀ ਰਹਿ ਰਹੇ ਹਾਂ, ਤੁਸੀਂ ਜਿਹੜੇ ਮੋਟਰਾਂ ਤੇ ਰਹਿੰਦੇ ਉਹਨਾਂ ਨੂੰ ਜਾ ਕੇ ਪੁੱਛ ਲਓ, ਉਹ ਕਹਿੰਦੇ ਵੀ ਇਹ ਗਲਤ ਹੈ। ਖੁਦ ਮੋਟਰਾਂ ਤੇ ਰਹਿਣ ਵਾਲੇ ਜਿਹੜੇ ਪ੍ਰਵਾਸੀ ਉਹਨਾਂ ਦੇ ਬਿਆਨ ਹੈ ਕਿ ਤੁਸੀਂ ਇਹਨਾਂ ਨੂੰ ਪਿੰਡੋਂ ਕੱਢੋ, ਇਹ ਗੰਦਗੀ ਫੈਲਾ ਰਹੇ ਹੈ। ਜਿਹੜੇ 40-40 ਸਾਲਾਂ ਤੋਂ ਸਾਡੀਆਂ ਮੋਟਰਾਂ ਤੇ ਰਹਿੰਦੇ ਉਹਨਾਂ ਨਾਲ ਸਾਡਾ ਬਕਾਇਦਾ ਪਿਆਰ, ਕੋਈ ਏਦਾਂ ਦੀ ਗੱਲ ਨਹੀਂ ਹੈਗੀ। ਦੂਜੀ ਮੈਂ ਉਸੇ ਮਸਲੇ ਤੇ ਆਉਣਾ, ਤੁਸੀਂ ਕਿਹਾ ਕਿ ਅਸੀਂ ਪੁਲਿਸ ਕੋਲੇ ਗਏ ਜੀ, ਅਸੀਂ ਸਾਡੇ ਕੋਈ ਕਾਰਵਾਈ ਨਹੀਂ ਹੋਈ। ਦੇਖੋ ਕਾਨੂੰਨ ਸਭ ਲਈ ਬਰਾਬਰ ਹੈ, ਤੁਸੀਂ ਕਾਨੂੰਨ ਮੁਤਾਬਕ ਕੋਈ ਵਕੀਲਾਂ ਦੀ ਸਲਾਹ ਲਈ ਤੁਸੀਂ ਪੁਲਿਸ ਦੇ ਉੱਚ ਅਧਿਕਾਰੀਆਂ ਕੋਲੇ ਪੇਸ਼ ਹੋਏ, ਕਿਉਂਕਿ ਕਾਨੂੰਨ ਨੇ ਵੀ ਆਪਣਾ ਕੰਮ ਕਰਨਾ। ਅੱਜ ਕਈ ਤਰ੍ਹਾਂ ਦੇ ਸਵਾਲ, ਕੋਈ ਤੁਹਾਡੇ ਹੱਕ 'ਚ ਖੜਾ, ਕੋਈ ਤੁਹਾਡੇ ਖਿਲਾਫ਼ ਖੜਾ, ਕਿ ਇਹ ਹਾਲਾਤ ਜਦੋਂ ਪੈਦਾ ਹੁੰਦੇ ਨੇ ਤਾਂ ਚਰਚਾਵਾਂ ਇਸ ਤਰ੍ਹਾਂ ਦੀਆਂ ਛਿੜਦੀਆਂ ਨੇ ਕਿ ਕਾਨੂੰਨੀ ਤੌਰ 'ਤੇ ਤੁਸੀਂ ਹਰ ਕੋਸ਼ਿਸ਼ ਕਰਕੇ ਦੇਖੀ ਕਿ ਇਹਨਾਂ ਲੋਕਾਂ 'ਤੇ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਸੀਗੀ। ਪਿੰਡ ਦੇ ਵਿੱਚ ਇੱਕ ਚੀਜ਼ ਇਹ ਵੀ ਸਪਸ਼ਟ ਕਰੋ, ਕਿੰਨੇ ਕੁ ਇਸ ਵੇਲੇ ਪ੍ਰਵਾਸੀ ਮਜ਼ਦੂਰ ਤੁਹਾਡੇ ਪਿੰਡ ਦੇ ਕਿੰਨਾ ਘਰਾਂ 'ਚ ਰਹਿ ਰਹੇ ਨੇ? ਮੇਰੇ ਖਿਆਲ 'ਚ ਵੀ 10 ਤੋਂ 15 ਘਰਾਂ ਦੇ ਵਿੱਚ ਪ੍ਰਵਾਸੀ ਮਜ਼ਦੂਰ ਰਹਿ ਰਹੇ ਨੇ। ਪੁਲਿਸ ਪ੍ਰਸ਼ਾਸਨ ਕੋਲੋਂ ਕਿੰਨੀ ਸ਼ਿਕਾਇਤਾਂ ਗਈਆਂ ਜੀ, ਇੱਥੇ ਗਵਾਹ ਸਾਰੇ ਪਿੰਡ ਖੜੇ। 1.5 ਮਹੀਨੇ ਪਹਿਲਾਂ ਜਿਹੜੀ ਮੈਂ ਤੁਹਾਨੂੰ ਦੱਸਿਆ ਗੁਰਦੁਆਰਾ ਸਾਹਿਬ ਚੋਰੀ ਹੋਈ, ਬਕਾਇਦਾ ਉਹਦੀ CCTV ਵੀ ਅਸੀਂ ਥਾਣੇ 'ਚ ਦਿੱਤੀ ਹੈ, ਕੋਈ ਕਾਰਵਾਈ ਨਹੀਂ ਹੋਈ, ਕੋਈ ਮੁੜ ਕੇ ਪੁੱਛਿਆ ਹੀ ਨਹੀਂ ਗਿਆ। ਤੇ ਹੁਣ ਜਿਹੜੀ ਉਹ ਪ੍ਰਵਾਸੀ ਔਰਤ ਹੈ ਉਹਦੀ ਕੰਪਲੇਂਟ ਹੈ, ਉਹ ਬੰਦਾ ਫਰਾਰ ਹੈ ਇੱਥੋਂ, ਸਾਨੂੰ ਪਤਾ ਲੱਗਿਆ ਵੀ ਰਹਿੰਦਾ ਵੀ ਨੇੜਲੇ ਪਿੰਡ ਹੈ, ਪਰ ਉਹ ਫੜਿਆ ਨਹੀਂ ਗਿਆ ਜੀ। ਅੱਛਾ, ਤੁਸੀਂ ਜਦੋਂ ਇਹ ਮਤਾ ਪਾਸ ਕੀਤਾ ਉਸ ਤੋਂ ਬਾਅਦ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਤੁਹਾਡੇ ਕੋਲ ਆਇਆ, ਕਿਸੇ ਨੇ ਤੁਹਾਨੂੰ ਅਪਰੋਚ ਕੀਤਾ ਕਿ, ਕਿਉਂਕਿ ਇਹ ਵੀ ਸਵਾਲ ਉੱਠ ਰਹੇ ਨੇ ਕਿ ਨਸਲੀ ਵਿਵਾਦ ਇੱਕ ਤਰ੍ਹਾਂ ਦਾ ਖੜਾ ਹੋ ਗਿਆ ਅੱਜ ਕੱਲ੍ਹ, ਤੁਹਾਨੂੰ ਪਤਾ ਮੀਡੀਆ ਦਾ ਯੁੱਗ ਹੈ, ਚਰਚਾ ਇੰਨੀ ਜ਼ਿਆਦਾ ਛਿੜ ਗਈ ਕਿ ਜਿਵੇਂ ਤੁਸੀਂ ਇਹਨੂੰ ਸਹੀ ਦੱਸ ਰਹੇ ਹੋ ਪਰ ਕਿਤੇ ਕਿਤੇ ਬਜ਼ੁਰਗੋ ਇਸ ਨੂੰ ਨਸਲੀ ਵਿਵਾਦ ਵੀ ਦੱਸਿਆ ਜਾ ਰਿਹਾ, ਤਾਂ ਕਿਸੇ ਨੇ ਤੁਹਾਨੂੰ ਅਪਰੋਚ ਕੀਤਾ? ਨਹੀਂ, ਅਪਰੋਚ ਸਾਨੂੰ ਕਿਸੇ ਨੇ ਨਹੀਂ ਕੀਤਾ, ਸਾਨੂੰ SHO ਥਾਣਾ ਮਾਜਰੀ ਸਾਨੂੰ ਲੱਗਦਾ ਹੈ, ਬਲਾਕ ਮਾਜਰੀ, ਉੱਥੋਂ ਸੁਨੀਲ ਕੁਮਾਰ ਜੀ SHO ਹੈ, ਉਹਨਾਂ ਦਾ ਸਾਨੂੰ ਫੋਨ ਆਇਆ ਕਿ ਤੁਸੀਂ ਇਹ ਮਤਾ ਪਾਇਆ ਵੀ ਤੁਸੀਂ ਇਹ ਮਤਾ ਨਹੀਂ ਪਾ ਸਕਦੇ। ਅਸੀਂ ਉਹਨਾਂ ਨੂੰ ਦੱਸਿਆ ਵੀ ਅਸੀਂ ਮਿਲ ਕੇ ਸਾਰੇ ਨਗਰ ਨੇ, ਪਿੰਡ ਵਾਸੀਆਂ ਨੇ, ਪੰਚਾਇਤ ਮੈਂਬਰ ਬਕਾਇਦਾ ਲੰਬੜਦਾਰ ਸਾਹਿਬ ਨੇ ਸਾਡੇ ਨਾਲ, ਪੰਚਾਇਤ ਮੈਂਬਰ ਨੇ ਵੀ, ਉਹਨਾਂ ਨੇ ਰਲ ਕੇ ਮਤਾ ਪਾਇਆ ਵੀ ਅਸੀਂ, ਸਾਡਾ ਅਧਿਕਾਰ ਹੈ ਜੀ ਇਹ ਵੀ ਅਸੀਂ ਆਪਣੇ ਪਿੰਡ ਨੂੰ ਸਾਫ਼ ਸੁਥਰਾ ਬਣਾਉਣ ਲਈ ਕੋਈ ਵੀ ਕਦਮ ਚੱਕ ਸਕਦੇ ਹਾਂ। ਪਰ ਉਹ ਤੋਂ ਬਾਅਦ ਜੀ ਉਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ ਆਪਣੇ ਬਿਆਨ ਲਿਖ ਕੇ ਦਿਓ ਜਾਂ ਮੁੱਕਰੋ ਜਾਂ ਇਸ ਮਤੇ ਤੋਂ ਮੁੱਕਰ ਜਾਓ। ਅਸੀਂ ਕਿਹਾ ਵੀ ਅਸੀਂ ਮੁੱਕਰਨਾ ਨਹੀਂ ਹੈ, ਅਸੀਂ ਬਿਆਨ ਲਿਖ ਕੇ ਦੇਵਾਂਗੇ। ਬਿਆਨ ਅਸੀਂ ਲਿਖ ਕੇ ਉੱਥੇ ਜਮ੍ਹਾਂ ਕਰਾਏ, ਬਿਆਨ ਲਿਖ ਕੇ ਦੇਣ ਤੋਂ ਬਾਅਦ SHO ਸਾਹਿਬ ਦਾ ਮੇਰੇ ਬ੍ਰਦਰ ਚਰਨਜੀਤ ਸਿੰਘ ਨੂੰ ਫੋਨ ਆਉਂਦਾ ਕਿ ਤੁਸੀਂ ਏਦਾਂ ਕੱਲ ਨੂੰ ਮਤਾ ਪਾ ਕੇ ਤਾਂ ਤੁਸੀਂ ਬੰਦਾ ਮਾਰ ਦੋਗੇ। ਅਸੀਂ ਇਹਨੇ ਕਿਹਾ ਵੀ ਏਦਾਂ ਦੀ ਕੋਈ ਗੱਲ ਨਹੀਂ ਜੀ, ਇਹ ਵੀ ਅਸੀਂ ਆਪਣੇ ਪਿੰਡ ਦੇ ਸੁਧਾਰ ਲਈ ਕਰਿਆ। ਪਰ ਫੇਰ ਦੁਬਾਰਾ ਫੋਨ ਆਉਂਦਾ ਕਿ ਤੁਸੀਂ ਕੱਲ ਨੂੰ ਦੁਬਾਰਾ ਪੇਸ਼ ਹੋ, ਤੁਸੀਂ ਕੌਣ ਹੁੰਦੇ ਹੋ ਮਤਾ ਪਾਉਣ ਵਾਲੇ? ਇਹ ਤੁਹਾਡੇ ਕੋਲ ਅਧਿਕਾਰ ਹੀ ਨਹੀਂ ਹੈ ਮਤਾ ਪਾਉਣ ਦਾ। ਤੁਸੀਂ ਕੋਈ ਕਾਨੂੰਨੀ ਰਾਏ ਲਈ ਇਹ ਮਤਾ ਪਾਉਣ ਤੋਂ ਪਹਿਲਾਂ? ਹਾਂਜੀ, ਅਸੀਂ ਵਕੀਲ ਸਾਹਿਬ ਤੋਂ ਸਲਾਹ ਲਈ ਸੀ ਕਿ ਵੀ ਤੁਸੀਂ ਏਦਾਂ ਮਤਾ ਪਾ ਸਕਦੇ ਹੈ, ਤੁਹਾਡਾ ਅਧਿਕਾਰ ਹੈ, ਤੁਸੀਂ ਸਾਰਾ ਪਿੰਡ ਇਕੱਠਾ ਹੋ ਕੇ ਮਤਾ ਪਾ ਸਕਦਾ। ਇੱਕ ਚੀਜ਼ ਹੋਰ ਸਪਸ਼ਟ ਕਰੋ, ਤੁਸੀਂ ਕਿਹਾ ਕਿ ਪਿੰਡ 'ਚ ਕੋਈ ਜਗ੍ਹਾ ਨਹੀਂ ਲੈ ਸਕਦਾ, ਪਰ ਮੰਨ ਲਓ ਕੋਈ ਜਗ੍ਹਾ ਤੁਹਾਡੇ ਪਿੰਡ ਦੇ ਤੁਹਾਡੇ ਜਿਹੜੇ ਲੋਕ ਇੱਥੇ ਤੁਹਾਡੇ ਨਾਲ ਨੇ, ਮੰਨ ਲਓ ਕੋਈ ਬੰਦਾ ਤੁਹਾਡੇ ਮਤੇ ਨਾਲ ਸਹਿਮਤ ਨਹੀਂ ਹੁੰਦਾ, ਜੇ ਉਹ ਕਿਸੇ ਨੂੰ, ਕਿਉਂਕਿ ਸਾਡਾ ਕਾਨੂੰਨ ਇਜਾਜ਼ਤ ਦਿੰਦਾ, ਜੇ ਕੋਈ ਤੁਹਾਡੇ ਪਿੰਡ ਦਾ ਵਿਅਕਤੀ ਕਿਸੇ ਪ੍ਰਵਾਸੀ ਨੂੰ ਜਗ੍ਹਾ ਆਦਿ ਵੇਚਦਾ ਜਾਂ ਉਹਨੂੰ ਕਿਰਾਏ ਤੇ ਜਗ੍ਹਾ ਦੇ ਦਿੰਦਾ, ਫਿਰ ਜਿਹੜਾ ਹੈਗਾ ਤੁਹਾਡਾ ਕੀ ਫੈਸਲਾ? ਤਾਂ ਫਿਰ ਉਸ ਨੂੰ ਲੈ ਕੇ ਜਾਂ ਉਹਨਾਂ ਦੇ ਨਾਲ ਇਹ ਸਾਰੇ ਪਿੰਡ ਨੂੰ, ਕਿਉਂਕਿ ਬੇਸ਼ੱਕ ਤੁਸੀਂ ਬਹੁ ਗਿਣਤੀ ਹੋਏਗੀ ਪਰ ਕੋਈ ਵਿਅਕਤੀ ਉਹਦੇ ਵਿਰੋਧ 'ਚ ਵੀ ਤਾਂ ਹੋ ਸਕਦਾ ਨਾ? ਹਾਂਜੀ, ਹੋ ਸਕਦਾ। ਦੇਖੋ, ਪਰ ਇਦਾਂ ਦੀ ਗੱਲ ਹੈ, ਅਗਰ ਕੋਈ ਪਹਿਲਾਂ ਤਾਂ ਵੇਚੇਗਾ ਨਹੀਂ, ਕਿਉਂਕਿ ਸਾਰੇ ਪਿੰਡ ਦੇ ਅਸੀਂ ਸਾਈਨ ਲਏ ਆ ਜੀ ਤਕਰੀਬਨ। ਮੰਨ ਲਓ ਜੇ ਕੋਈ ਇਦਾਂ ਦਾ ਹੁੰਦਾ ਤਾਂ ਫਿਰ ਉਹਦੇ ਲਈ ਤੁਹਾਡਾ ਕੀ ਸਟੈਂਡ? ਦੇਖੋ, ਬੈਠ ਕੇ ਵਿਚਾਰਾਂ ਹੋ ਜਾਂਦੀਆਂ ਬਹੁਤ ਤਰ੍ਹਾਂ ਦੇ ਮੁੱਦੇ ਆ ਪਿੰਡ ਲੈਵਲ ਤੇ, ਜਿਵੇਂ ਹੁਣ ਅਸੀਂ ਇਹ ਹੱਲ ਕਰ ਲਿਆ, ਅਸੀਂ ਉਹਨੂੰ ਵੀ ਹੱਲ ਕਰ ਲਾਂਗੇ ਬੈਠ ਕੇ। ਅੱਛਾ, ਇੱਕ ਹੋਰ ਕਹਿੰਦੇ ਵੀ ਫਰਮਾਨ ਹੋ ਗਿਆ ਵੀ ਇੰਨੇ ਦਿਨਾਂ ਦੇ ਵਿੱਚ ਪਿੰਡ ਛੱਡ ਦਿਓ, ਤਾਂ ਇਹ ਕੀ ਫਰਮਾਨ ਹੈ ਵੈਸੇ? ਹਾਂਜੀ, ਅਸੀਂ ਟਾਈਮ ਦਿਆ ਸੀਗਾ ਇਹਨਾਂ ਨੂੰ 8-10 ਦਿਨਾਂ ਦਾ ਕਿ ਤੁਸੀਂ ਕਿਤੇ ਵੀ ਬਾਹਰ ਹੱਲ ਕਰ ਸਕਦੇ ਸਾਡੀਆਂ, ਚਾਹੇ ਮੋਟਰਾਂ ਤੇ ਚਲੇ ਜਾਓ ਪਰ ਪਿੰਡ 'ਚ ਅਸੀਂ ਤੁਹਾਨੂੰ ਰਹਿਣ ਨਹੀਂ ਦੇਵਾਂਗੇ। ਅੱਛਾ, ਕਦੋਂ ਲਾਸਟ ਡੇਟ ਕਦੋਂ ਦਿੱਤੀ ਇਹਨਾਂ ਨੂੰ? ਇਹ ਐਤਵਾਰ ਦਾ ਟਾਈਮ, ਅਸੀਂ ਜਿਹੜਾ ਆਉਣ ਵਾਲਾ ਐਤਵਾਰ ਹੈ ਉਹਦਾ ਟਾਈਮ ਦਿੱਤਾ ਹੋਇਆ। ਕੁਛ ਪਰਿਵਾਰ ਇਹਦੇ ਵਿੱਚੋਂ 70% ਮਤਲਬ ਕਹਿ ਲਓ ਵੀ ਛੱਡ ਕੇ ਚਲੇ ਜਾ ਚੁੱਕੇ ਆ।
70% ਜਾ ਚੁੱਕੇ 30% ਰਹਿੰਦੇ ਆ ਤੇ ਐਤਵਾਰ ਜਿਹੜਾ ਹੈਗਾ ਤੁਹਾਡੀ ਲਾਸਟ ਡੇਟ ਹੈ ਕਿ ਪਿੰਡ ਖਾਲੀ ਕਰਨ ਦੇ ਲਈ। ਜੀ ਜੀ ਜੀ। ਅੱਛਾ, ਕਿਸੇ ਨੇ ਵੈਸੇ ਇਹਨਾਂ ਪ੍ਰਵਾਸੀ ਮਜ਼ਦੂਰਾਂ ਨੇ ਆ ਕੇ ਤੁਹਾਨੂੰ ਅਪਰੋਚ ਕੀਤਾ, ਜਿਹੜੇ ਜਿਨ੍ਹਾਂ ਦੇ ਨਾਲ ਤੁਸੀਂ ਕਹਿੰਦੇ ਤੁਹਾਡਾ ਪਿਆਰ ਵੀ ਰਿਹਾ ਕਿ ਭਾਈ ਸਾਡਾ ਕੀ ਕਸੂਰ ਆ, ਸਾਨੂੰ ਘਰੋਂ ਬੇਘਰ ਕਿਉਂ ਕਰਦੇ ਹੋ, ਦੱਸਦਾ 15-15 ਸਾਲਾਂ ਤੋਂ ਮਿਲਦਾ ਰਹਿ ਰਹੇ ਲੋਕ। ਜੀ ਹਾਂ, ਵੈਸੇ ਸਾਡੇ ਨਾਲ ਕਿਸੇ ਨੇ ਗੱਲ ਨਹੀਂ ਕਰੀ, ਸਰਪੰਚ ਕੋਲ ਗਏ ਹੋਣੇ ਆ, ਉਹਨਾਂ ਨੂੰ ਪਤਾ ਹੋਊਗਾ, ਸਾਡੇ ਕੋਲ ਕੋਈ ਨਹੀਂ ਆਇਆ ਫਿਲਹਾਲ, ਬਾਕੀ ਤਕਰੀਬਨ ਜਾ ਹੀ ਚੁੱਕੇ ਆ ਵੈਸੇ ਤਾਂ ਪਿੰਡ ਛੱਡ ਕੇ। ਅੱਛਾ, ਤੁਸੀਂ ਚੋਰੀਆਂ ਦਾ ਜ਼ਿਕਰ ਕੀਤਾ, ਤੁਸੀਂ ਕਿਹਾ ਕਿ ਗੰਦ ਪੈ ਰਿਹਾ ਪਿੰਡ ਦੇ ਵਿੱਚ, ਚੋਰੀਆਂ ਦਾ ਤੁਸੀਂ ਸਿੱਧੇ ਤੌਰ ਤੇ ਸਵਾਲ ਖੜਾ ਕੀਤਾ, ਪਰ ਕੀ ਇਹ ਚੋਰੀ ਦਾ ਮਸਲਾ ਇਸ ਪੱਧਰ ਦਾ ਮਸਲਾ ਬਣ ਗਿਆ ਕਿ ਤੁਹਾਨੂੰ ਇੰਨਾ ਵੱਡਾ ਫੈਸਲਾ ਲੈਣਾ ਪਿਆ? ਹਾਂਜੀ, ਦੇਖੋ ਅੱਜ ਇਹ ਸਾਡੇ ਧਾਰਮਿਕ ਸਥਾਨ ਮੇਨ, ਦੇਖੋ ਪੰਜਾਬ ਹੈ ਜਿਹੜੀ ਗੁਰੂਆਂ ਦੀ ਧਰਤੀ ਹੈ, ਮੇਨ ਅਸੀਂ ਆਪਣੇ ਧਾਰਮਿਕ ਸਥਾਨਾਂ ਨੂੰ ਮੰਨਦੇ ਹਾਂ, ਜਦੋਂ ਸਾਡੇ ਧਾਰਮਿਕ ਸਥਾਨਾਂ ਤੇ ਚੋਰੀ ਹੋਣ ਲੱਗ ਜੇ ਤਾਂ ਸਿੱਧਾ ਤੁਸੀਂ ਕਹਿ ਲਓ ਵੀ ਸਾਡੇ ਦਿਲ ਤੇ ਹਮਲਾ ਹੁੰਦਾ ਹੈ। ਤੇ ਅਗਲੀ ਗੱਲ ਇਹ ਹੈ ਵੀ ਸਾਡੀ, ਅਸੀਂ ਤੁਹਾਨੂੰ ਕੈਮਰੇ ਦੇ ਸਾਹਮਣੇ ਦੱਸਣਾ ਨਹੀਂ ਚਾਹੁੰਦੇ ਜੋ ਅੰਦਰ ਦੀਆਂ ਗੱਲਾਂ ਹੈ ਕਿ ਇੱਥੇ ਕੀ ਕੁਛ ਹੋ ਰਿਹਾ ਹੈ, ਜੋ ਲੈ ਕੇ ਧੀਆਂ ਭੈਣਾਂ ਨੂੰ ਲੈ ਕੇ ਜਾਂ ਸਾਡੀਆਂ ਇੱਜ਼ਤਾਂ ਨੂੰ ਲੈ ਕੇ ਕੀ ਕੁਛ ਹੋ ਰਿਹਾ ਹੈ, ਉਹ ਤੁਹਾਨੂੰ ਅਸੀਂ ਆਨ ਮਤਲਬ ਕੈਮਰਾ ਦੱਸਣਾ ਨਹੀਂ ਚਾਹੁੰਦੇ, ਉਹ ਅਸੀਂ ਇੱਕ ਪਰਦਾ ਰੱਖਣਾ ਚਾਹੁੰਦੇ ਹਾਂ ਜਿਹੜਾ ਸਾਨੂੰ ਇਹ ਡਿਸੀਜਨ ਲੈਣਾ ਪੈਂਦਾ। ਤਾਂ ਕੀ ਇਹਨੂੰ ਜਿਵੇਂ ਕਈ ਨਜ਼ਰਾਂ ਜਾਂ ਕਈ ਲੋਕ ਇਸ ਨੂੰ ਤੁਗਲਕੀ ਫਰਮਾਨ ਵੀ ਸਮਝਦੇ ਨੇ, ਤਾਂ ਇਸ ਨੂੰ ਤੁਸੀਂ ਤੁਗਲਕੀ ਫਰਮਾਨ ਸਮਝਦੇ ਹੋ ਜਾਂ ਫਿਰ ਮਜਬੂਰੀ ਵੱਸ ਲਿਆ ਗਿਆ ਫੈਸਲਾ, ਜਿਹੜੀ ਗੱਲ ਤੁਸੀਂ ਹੁਣ ਜ਼ਿਕਰ ਕੀਤਾ, ਤੁਹਾਨੂੰ ਕੀ ਲੱਗਦਾ ਤੁਹਾਡੀ ਮਜਬੂਰੀ ਬਣੀ ਜਾਂ ਫਿਰ ਜਿਸ ਤਰ੍ਹਾਂ ਇਲਜ਼ਾਮ ਲੱਗ ਰਿਹਾ ਕਿ ਇਹ ਤਾਂ ਇੱਕ ਤੁਗਲਕੀ ਫਰਮਾਨ ਹੋ ਗਿਆ? ਨਹੀਂ, ਏਦਾਂ ਦਾ ਕੁਛ ਨਹੀਂ, ਦੇਖੋ ਜੀ ਇਹ ਮੇਰੇ ਪਿੰਡ ਦਾ ਦੁਖਾਂਤ ਹੈ, ਮੈਨੂੰ ਲੱਗਿਆ ਕਿ ਮੇਰੇ ਪਿੰਡ ਦਾ ਦੁਖਾਂਤ ਹੈ ਵੀ ਇਹਦੇ 'ਚ ਸੁਧਾਰ ਕਰਨਾ ਚਾਹੀਦਾ, ਆਉਣ ਵਾਲੇ ਸਮੇਂ 'ਚ ਸਾਨੂੰ ਹੋਰ ਵੀ ਦਿੱਕਤਾਂ ਅਗਰ ਦਾ ਸਾਹਮਣਾ ਕਰਨਾ ਪੈਂਦਾ ਤਾਂ ਹੋ ਸਕਦਾ ਵੀ ਅਸੀਂ ਉਸ ਟਾਈਮ ਉਹਦੇ ਮੁਕਾਬਲੇ ਲੜਨ ਦੇ ਯੋਗ ਹੀ ਨਾ ਹੋਈਏ, ਤਾਂ ਇਹਨਾਂ ਦੀ ਗਿਣਤੀ ਇੰਨੀ ਵੱਧ ਜਾਵੇ ਕਿ ਅਸੀਂ ਮਤਲਬ ਮੌਕੇ 'ਤੇ ਲੜਨ ਯੋਗੇ ਹੀ ਨਾ ਰਹੀਏ, ਇਹਦੇ ਦੇਖਦੇ ਹੋਏ ਸਾਨੂੰ ਮੌਕੇ ਦਾ ਇਹ ਜੋ ਫੈਸਲਾ ਲੈਣਾ ਪਿਆ। ਤਾਂ ਇਹ ਫੈਸਲਾ ਕਹਿੰਦੇ ਨੇ ਜੀ ਸਾਨੂੰ ਮਜਬੂਰੀ ਵਾਸਤੇ ਲੈਣਾ ਪਿਆ, ਹਾਲਾਤ ਕਹਿੰਦੇ ਐਸੇ ਬਣ ਗਏ, ਸਿੰਘ ਸਾਹਿਬ ਖੜੇ ਨੇ, ਸਿੰਘ ਸਾਹਿਬ ਕਿਤੇ ਨਾ ਕਿਤੇ ਬਾਕੀ ਕਾਰਨ ਤਾਂ ਇਹਨਾਂ ਨੇ ਦੱਸੇ, ਨਹੀਂ ਸਮਝਦੇ ਕਿ ਇਹਦੇ ਪਿੱਛੇ ਇੱਕ ਪੰਜਾਬੀਆਂ ਦੇ ਅੰਦਰ ਦਾ ਉਹ ਡਰ ਵੀ ਹੋ ਸਕਦਾ ਕਿ ਜਿਹੜੇ ਪੰਜਾਬੀ ਬੱਚੇ ਨੇ, ਪੰਜਾਬੀ ਲੋਕ ਨੇ, ਉਹ ਬਾਹਰ ਨੂੰ ਜਾ ਰਹੇ ਨੇ, ਪਿੰਡਾਂ ਦੇ ਪਿੰਡ ਖਾਲੀ ਹੋ ਰਹੇ ਨੇ, ਜਿਸ ਤਰ੍ਹਾਂ ਦੀਆਂ ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਵੀਡੀਓਜ਼ ਆਉਂਦੀਆਂ ਨੇ ਕਿ ਪ੍ਰਵਾਸੀ ਘਰਾਂ ਦੇ ਵਿੱਚ ਰਹਿਣ ਲੱਗ ਗਏ ਨੇ, ਕਿਤੇ ਨਾ ਕਿਤੇ ਐਸਾ ਤਾਂ ਨਹੀਂ ਕਿ ਇਹਨਾਂ ਪੂਰੇ ਘਟਨਾਕ੍ਰਮ ਦੇ ਪਿੱਛੇ ਉਹ ਡਰ ਵੀ ਜਿਹੜਾ ਹੈਗਾ ਇੱਕ ਹਿੱਸਾ ਹੋਵੇ, ਕਿਤੇ ਇਹ ਸਭ ਜਿਸ ਤਰ੍ਹਾਂ ਦੀਆਂ ਚਰਚਾਵਾਂ ਚੱਲੀਆਂ ਨੇ ਇਹ ਇੱਕ ਕਾਰਨ ਹੋਵੇ? ਤੁਸੀਂ ਦੇਖੋ ਜੀ, ਹੁਣ ਇੱਕ ਸ਼ਬਦ ਵਰਤਿਆ ਤੁਗਲੀ ਫਰਮਾਨ ਸ਼ਬਦ ਵਰਤਿਆ, ਦੇਖੋ ਜਿਹੜੀ ਪੰਚਾਇਤ ਹੈ ਇਹ ਵੀ ਸੰਵਿਧਾਨ ਦੇ ਅੰਦਰ ਚੁਣੀ ਜਾਂਦੀ ਹੈ ਅਤੇ ਜਿਹੜਾ ਪਾਰਲੀਮੈਂਟ ਉਹ ਵੀ ਸੰਵਿਧਾਨ ਦੇ ਅੰਦਰ ਚੁਣੀ ਜਾਂਦੀ ਹੈ। ਇੱਕ ਕੋਈ ਸ਼ਾਇਰ ਦਾ ਕਥਨ ਹੈ, ਕਹਿੰਦਾ ਜਿਵੇਂ ਤੁਸੀਂ ਇਸ ਦੇਸ਼ ਵਿੱਚ ਤੁਹਾਡੀ ਇੰਨੀ ਕੁ ਸੁਣਵਾਈ ਹੈ, ਜਿਹਾ ਤੁਸੀਂ ਕੋਈ ਸੜਕ ਰੋਕ ਕੇ ਬਿਆਨ ਲਾਤਾ, ਜਿਹਾ ਤੁਸੀਂ ਪਾਰਲੀਮੈਂਟ 'ਚ ਬਿਆਨ ਲਾਤਾ, ਅਤੇ ਤੁਸੀਂ ਇਹਨੂੰ ਤੁਗਲਕੀ ਫਰਮਾਨ ਬਿਲਕੁਲ ਨਾ ਸਮਝੋ, ਕਿਉਂਕਿ ਪਿੰਡ ਦੀ ਪੰਚਾਇਤ ਬਕਾਇਦਾ ਲੰਬੜਦਾਰ ਜਿਹੋ ਤੁਸੀਂ ਸੰਵਿਧਾਨ ਅੰਦਰ ਚੁਣੇ ਜਾਂਦੇ, ਉਹਨਾਂ ਨੇ ਸਾਈਨ ਕੀਤੇ ਹੈ। ਤਾਂ ਉਸ ਤੋਂ ਬਾਅਦ ਰਹੀ ਗੱਲ ਜਿਹੜਾ ਪ੍ਰਵਾਸ ਦੀ ਹੈ, ਇਹ ਜਿਹੜਾ ਇਹ ਪ੍ਰਵਾਸ ਹੈ ਇਹ ਸਾਨੂੰ ਸਿਰਫ ਹਿੰਦੁਸਤਾਨ ਦੀ ਦੇਣ ਹੈ ਪ੍ਰਵਾਸ, ਇਸ ਤੋਂ ਪਹਿਲਾਂ ਤੁਸੀਂ ਦੇਖੋ ਜਦੋਂ ਸਾਡਾ ਆਪਣਾ ਰਾਜ ਸੀ ਉਸ ਸਮੇਂ ਬਾਹਰਲੇ ਡਾਲਰ ਦੀ ਕਿਆ ਕੀਮਤ ਹੈ, ਆਪਦੇ ਡਾਲਰ ਦੀ ਕਿਆ ਕੀਮਤ ਹੈ, ਅਸੀਂ ਇਹਦੇ ਸੰਬੰਧ 'ਚ ਬਿਲਕੁਲ ਨਹੀਂ ਜਾਣਾ ਚਾਹੁੰਦੇ ਕਿ ਜਿਹਦੀ ਮਰਜ਼ੀ ਜਿਹਨੇ ਜਿੱਥੇ ਜਾਣਾ ਜਾਵੇ, ਜੇਕਰ ਸਾਡੇ ਨੌਜਵਾਨ ਬਾਹਰ ਜਾਂਦੇ ਤੁਸੀਂ ਦੇਖੋ ਤਕਰੀਬਨ 25-30 ਲੱਖ ਰੁਪਏ ਉਹਦਾ ਲੱਗ ਜਾਂਦਾ, ਪਹਿਲਾਂ ਆਈਲੈਟਸ ਕਰਨੀ ਪੈਂਦੀ, ਕਿੰਨੀਆਂ ਨੂੰ ਸ਼ਰਤਾਂ ਦੇ ਅਧੀਨ ਅੰਦਰ ਜਾਣਾ ਪੈਂਦਾ, ਪਰ ਜੋ ਇਹ ਪ੍ਰਵਾਸੀ ਲੋਕ ਹੈ ਮੇਰੇ ਹਿਸਾਬ ਨਾਲ ਇਹਨੂੰ ਕੋਈ ਟਿਕਟ ਲੈਣ ਦੀ ਵੀ ਲੋੜ ਨਹੀਂ, ਸਵੇਰੇ ਚੜ੍ਹਦੇ ਦੂਜੇ ਦਿਨ ਜਾਂ ਸ਼ਾਮ ਨੂੰ ਘਰੇ ਉਰੇ ਆ ਜਾਂਦੇ ਆ। ਇਸ ਤੋਂ ਅਗਲੀ ਗੱਲ ਸਾਡੀ ਇਹ ਹੈ ਕਿ 1968 'ਚ ਅਸੀਂ ਇਹ ਪੰਜਾਬੀ ਸੂਬਾ ਲਿਆ ਤਾ, ਜਿਸ ਦੇ ਵਾਸਤੇ ਸਾਡੇ ਬਜ਼ੁਰਗਾਂ ਨੇ, ਸਾਡੇ ਸ਼ਹੀਦਾਂ ਨੇ ਬਹੁਤ ਖੂਨ ਡੋਲਿਆ, ਕੋਈ ਸਮਾਂ ਸੀ ਜਦੋਂ ਪੰਜਾਬੀ ਸੂਬਾ ਪੰਜਾਬੀ ਜਿੰਦਾਬਾਦ ਸੂਬਾ ਜਿੰਦਾਬਾਦ ਕਹਿਣ 'ਤੇ ਵੀ
ਪਾਬੰਦੀ ਸੀ ਤੇ ਉਸ ਨੂੰ ਸਜ਼ਾ ਹੁੰਦੀ ਸੀ, ਤਾਂ ਉਸ ਤੋਂ ਬਾਅਦ ਇੰਨੀ ਜ਼ਿਆਦਾ ਮੁਸ਼ਕਲ ਤੋਂ ਬਾਅਦ ਜਿਹੜਾ ਸਾਡਾ ਸੂਬਾ ਲਿਆ ਹੋਇਆ, ਜੇਕਰ ਆਉਣ ਵਾਲੀ ਪੀੜ੍ਹੀਆਂ 'ਚ ਅਸੀਂ ਆਏ ਸਾਂ ਤਾਂ ਅਗਲੀ ਪੀੜ੍ਹੀ ਇਹ ਸੂਬੇ ਨੂੰ ਨਾ ਸਾਂਭ ਸਕੀ ਤਾਂ ਉਹਨਾਂ ਸ਼ਹੀਦਾਂ ਨਾਲ ਸਾਡੇ ਬਜ਼ੁਰਗਾਂ ਨਾਲ ਉਹ ਨਾ ਇਨਸਾਫ਼ੀ ਹੋਵੇਗੀ, ਤਾਂ ਇਸੇ ਨੂੰ ਸੰਬੰਧ 'ਚ ਅਸੀਂ ਰੋਕਦੇ ਹੋਏ, ਕਿਉਂਕਿ ਇੱਕ ਜਿਵੇਂ ਭਗਵੰਤ ਮਾਨ ਵੀ ਕਹਿੰਦਾ ਰੰਗਲਾ ਪੰਜਾਬ ਸ਼ਬਦ ਵਰਤਦਾ ਨਾ ਉਹ, ਇਹ ਰੰਗਲਾ ਪੰਜਾਬ ਤਾਂ ਹੀ ਬਣ ਸਕੂਗਾ ਜੇ ਅਸੀਂ ਆਪਣੇ ਸੂਬੇ ਨੂੰ ਸਾਂਭ ਕੇ ਰੱਖਾਂਗੇ। ਨਹੀਂ ਜੀ, ਤਾਂ ਦੇਖੋ ਪਿੰਡ ਦਾ ਆਪਣਾ ਤਰਕ ਹੈ, ਇਹ ਨੌਜਵਾਨ ਨੇ ਜਾਂ ਪਿੰਡ ਦੇ ਲੋਕ ਨੇ ਜਿਨ੍ਹਾਂ ਨੇ ਪਿੰਡ ਦੀ ਸਹਿਮਤੀ ਦੇ ਨਾਲ ਇਹ ਮਤਾ ਪਾਇਆ, ਤਾਂ ਦੇਖੋ ਇਸ ਮਤੇ ਨੂੰ ਲੈ ਕੇ ਦੋਨੇ ਤਰ੍ਹਾਂ ਦੀਆਂ ਚਰਚਾਵਾਂ ਨੇ, ਕੋਈ ਇਸ ਦੇ ਹੱਕ 'ਚ ਖੜਾ, ਕੋਈ ਇਸ 'ਤੇ ਸਵਾਲ ਵੀ ਖੜੇ ਕਰ ਰਿਹਾ, ਪਰ ਇਹਨਾਂ ਲੋਕਾਂ ਦੇ ਜਿਸ ਤਰ੍ਹਾਂ ਦੇ ਦਾਅਵੇ ਨੇ, ਜਿਸ ਤਰ੍ਹਾਂ ਦੇ ਤਰਕ ਨੇ, ਤੇ ਜਿਹੜੀ ਕਿਤੇ ਨਾ ਕਿਤੇ ਆਪਦੀ ਮਜਬੂਰੀ ਵੀ ਬਿਆਨ ਕਰ ਰਹੇ ਨੇ ਕਿ ਸਾਡੇ ਹਾਲਾਤ ਐਸੇ ਬਣ ਗਏ ਕਿ ਸਾਨੂੰ ਇਹ ਫੈਸਲਾ ਕਰਨਾ ਪਿਆ। ਖੈਰ ਫਿਲਹਾਲ ਇਹਨਾਂ ਦਾ ਇਹ ਮਤਾ, ਇਹ ਫੈਸਲਾ ਚਰਚਾ ਦੇ ਵਿੱਚ ਹੈ, ਦੇਖਦੇ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਫੈਸਲੇ ਨੂੰ ਲੈ ਕੇ ਕਿਸ ਤਰ੍ਹਾਂ ਪ੍ਰਸ਼ਾਸਨ ਦਾ ਰੁਖ ਰਹਿੰਦਾ ਹੈ ਜਾਂ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਦੀਆਂ ਚਰਚਾਵਾਂ ਜਿਹੜੀਆਂ ਨੇ ਹੁੰਦੀਆਂ ਨੇ ਜੀ।